ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਤੋਂ 70 ਸ਼ਰਧਾਲੂਆਂ ਨੂੰ ਲੈ ਕੇ ਮਹਾਕੁੰਭ ਦੇ ਲਈ ਮਥੁਰਾ ਵਰਿੰਦਾਵਨ ਬੱਸ ਯਾਤਰਾ ਹੋਈ ਰਵਾਨਾ। ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਤੋਂ ਅੱਜ ਇੱਕ ਬੱਸ ਮਥੁਰਾ ਵਰਿੰਦਾਵਨ ਦੇ ਲਈ ਰਵਾਨਾ ਕੀਤੀ ਗਈ ਹੈ। ਇਸ ਬੱਸ ਦੇ ਵਿੱਚ 70 ਯਾਤਰੀ ਸਵਾਰ ਹਨ ਅਤੇ ਇਹ ਮਥੁਰਾ ਵਰਿੰਦਾਵਨ, ਬਰਸਾਨਾ, ਨੰਦਗਾਂਵ ਅਤੇ ਹੋਰ ਵੀ ਕਈ ਥਾਵਾਂ ਦੀ ਯਾਤਰਾ ਕਰਕੇ ਐਤਵਾਰ ਨੂੰ ਵਾਪਸ ਫਾਜ਼ਿਲਕਾ ਪਰਤਣਗੇ। ਜਾਣਕਾਰੀ ਦਿੰਦੇ ਹੋਏ ਬੱਸ ਯਾਤਰਾ ਦੀ ਆਗੂ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਮਥੁਰਾ ਵਰਿੰਦਾਵਨ ਦੇ ਵਿੱਚ 100 ਸਾਲਾਂ ਬਾਅਦ ਲੱਗਣ ਵਾਲੇ ਮਹਾਕੁੰਭ ਦੇ ਵਿੱਚ ਇਹ ਬੱਸ ਯਾਤਰਾ ਲਿਜਾਈ ਜਾ ਰਹੀ ਹੈ ਅਤੇ ਸ਼ਾਹੀ ਇਸ਼ਨਾਨ ਕਰਕੇ ਇਹ ਯਾਤਰਾ ਐਤਵਾਰ ਨੂੰ ਫਾਜ਼ਿਲਕਾ ਵਾਪਸ ਲੋਟੇਗੀ। ਉਹਨਾਂ ਨੇ ਕਿਹਾ ਕਿ ਇਸ ਯਾਤਰਾ ਦੇ ਵਿੱਚ 70 ਯਾਤਰੀ ਸਵਾਰ ਹਨ ਅਤੇ ਯਾਤਰਾ ਦੇ ਵਿੱਚ ਪੂਰੇ ਇੰਤਜ਼ਾਮਾਤ ਕੀਤੇ ਗਏ ਹਨ। ਅੱਜ ਇਸ ਬੱਸ ਯਾਤਰਾ ਨੂੰ ਵਾਰਡ ਨੰਬਰ 24 ਤੋਂ MC ਸੰਜੀਵ ਸ੍ਰੀਦੇਵਾ ਦੀ ਪਤਨੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਅੱਜ ਜਿਹੜੇ ਸਾਨੂੰ ਬਹੁਤ ਦੇਰ ਤੋਂ ਇਸ ਮੌਕੇ ਦੀ ਉਡੀਕ ਸੀਗੀ ਔਰ ਇਹ ਮਹਾਕੁੰਭ ਜਿਹੜਾ 100 ਸਾਲ ਬਾਅਦ ਮਥੁਰਾ ਵਰਿੰਦਾਵਨ ਦੇ ਵਿੱਚ ਲੱਗ ਰਿਹਾ, ਅੱਗੇ ਨਾਸਿਕ, ਇਲਾਹਾਬਾਦ ਔਰ ਹਰਿਦੁਆਰ ਲੱਗਦਾ ਆ, ਹੁਣ ਇਹ ਵਰਿੰਦਾਵਨ ਧਾਮ ਵਿੱਚ ਲੱਗ ਰਿਹਾ। ਸਾਡੇ ਬੜੇ ਅੱਛੇ ਕਰਮ ਹੈ ਕਿ ਅਸੀਂ ਉੱਥੇ ਯਾਤਰਾ 'ਤੇ ਮਹਾਕੁੰਭ ਦੇ ਵਿੱਚ ਸ਼ਾਹੀ ਇਸ਼ਨਾਨ 'ਤੇ ਜਾ ਰਹੇ ਹਾਂ ਅਤੇ ਸਾਰਿਆਂ ਨੂੰ, ਸਾਰੇ ਫਾਜ਼ਿਲਕਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਕਿੰਨੇ ਯਾਤਰੀ ਜਾ ਰਹੇ ਹੋ ਜੀ ਇਸ ਬੱਸ ਯਾਤਰਾ ਨੂੰ? ਇਹਦੇ ਵਿੱਚ ਜੀ 60-70 ਯਾਤਰੀ ਜਾ ਰਹੇ ਆ, 60-70 ਦੇ ਵਿੱਚ ਜਾ ਰਹੇ ਆ। ਅਸੀਂ ਬੱਸ ਬਹੁਤ ਵੱਡੀ ਲਿਆਂਦੀ ਹੈ ਜੀ। ਇਹ ਕਿੰਨੇ, ਕਿਸ ਤਰ੍ਹਾਂ ਦੀ ਯਾਤਰਾ ਹੋਈ ਔਰ ਕਿੰਨੇ ਦਿਨ ਦੀ ਯਾਤਰਾ ਹੋਈ? ਇਹ ਸਾਡੀ 4 ਦਿਨਾਂ ਦੀ ਯਾਤਰਾ ਆ ਔਰ ਅਸੀਂ ਐਤਵਾਰ ਨੂੰ ਇੱਥੇ ਵਾਪਸੀ ਹੋਏਗੀ ਸਾਡੀ। ਕਿਹੜੇ ਕਿਹੜੇ ਧਾਮ 'ਤੇ ਜਾਓਗੇ ਜੀ? ਅਸੀਂ ਮਥੁਰਾ, ਵਰਿੰਦਾਵਨ, ਗੋਕੁਲ ਧਾਮ, ਗੋਵਰਧਨ, ਅਸੀਂ ਸਾਰੇ ਬ੍ਰਜ ਦੇ ਭੂਮੀ 'ਤੇ ਜਾ ਕੇ ਆਉਣਾ ਜੀ। ਹਾਂਜੀ, ਕੀ ਹੈ ਯਾਤਰਾ ਲਿਜਾਣ ਦਾ ਜੀ? ਇਹ ਜੀ ਸ਼ਾਹੀ ਇਸ਼ਨਾਨ ਅਸੀਂ ਜਾ ਕੇ ਕਰਨਾ ਆ। ਇਹਦੇ ਵਿੱਚ ਮਹਾਕੁੰਭ ਦੇ ਵਿੱਚ ਸ਼ਾਹੀ ਇਸ਼ਨਾਨ ਦਾ ਬਹੁਤ ਵੱਡਾ ਮਹੱਤਵ ਹੈ ਔਰ ਸਾਨੂੰ ਸਭ ਤੋਂ ਵੱਡੀ ਜ਼ਿਆਦਾ ਖੁਸ਼ੀ ਇਹ ਹੈ ਕਿ ਜਿਹੜੇ ਸਾਡੇ MC ਜਿੱਤੇ ਆ ਉਹਨਾਂ ਦੇ, ਅੱਜ ਸੰਜੀਵ ਭਾਅ ਜੀ ਕਿਸੇ ਕਾਰਨ ਚੰਡੀਗੜ੍ਹ ਹੈਗੇ ਆ ਨਹੀਂ ਸਕੇ, ਉਹਨਾਂ ਦੇ ਮਿਸਿਜ ਆਏ ਹੋਏ ਆ, ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਠਾਕੁਰ ਜੀ ਦੀ ਅਪਾਰ ਕਿਰਪਾ, ਸਾਡੀ ਸਾਰੀ ਸਮੂਹ ਸੰਗਤ ਅਤੇ ਸਾਡੇ MC ਸਾਹਿਬ ਅਤੇ ਸਾਡੀ ਭਾਬੀ ਜੀ 'ਤੇ।